ਖਬਰ ਲਵਾਂਗੇ ਜਲੰਧਰ ਤੋਂ ਜਿੱਥੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਹੈਰਨ ਸਣੇ ਇੱਕ ਮਿਜ਼ਰਮ ਨਿਵਾਸੀ ਨੂੰ ਗ੍ਰਿਫਤਾਰ ਕੀਤਾ। ਜਲੰਧਰ CI ਸਟਾਫ ਵੱਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮ ਵਿਅਕਤੀ ਮਿਜ਼ਰਮ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਪਾਰਟੀ ਨੇ ਪਿੰਡ ਕੰਗ ਦੇ ਨੇੜੇ ਨਾਕੇਬੰਦੀ ਦੇ ਦੌਰਾਨ ਇਸ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੇ ਕੋਲੋਂ 3 ਕਿਲੋ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਫੜੇ ਗਏ ਵਿਅਕਤੀ ਦੀ ਪਹਿਚਾਣ ਅਬਰਾਹਮ ਦੇ ਤੌਰ ਤੇ ਹੋਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਉਸ ਦੇ ਵਿੱਚ ਕੱਲ੍ਹ ਜਲੰਧਰ ਰੂਰਲ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਜਦੋਂ ਇੱਕ ਪੁਲਿਸ ਪਾਰਟੀ ਜਿਹੜੀ ਨਕੋਦਰ ਰੋਡ 'ਤੇ ਜਿਸਨੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਨੂੰ ਹੈਡ ਕਰ ਰਹੇ ਸੀਗੇ CIA ਇੰਚਾਰਜ ਹਰਵਿੰਦਰ, ਸਬ ਇੰਸਪੈਕਟਰ ਸੁਜੀਤ, ਨਾਲ 2 ਗੈਸਟ ਆਫਿਸਰ ਸੀਗੇ DSP ਨਕੋਦਰ ਅਤੇ DSP ਹੈੱਡਕੁਆਰਟਰ। ਇਹਨਾਂ ਨੇ ਇੱਕ ਬੰਦੇ ਨੂੰ ਰੋਕਿਆ ਅਤੇ ਉਸਦੇ ਪਿੱਠੂ ਬੈਗ ਨੂੰ ਜਦੋਂ ਚੈੱਕ ਕੀਤਾ ਅਤੇ ਉਸ ਦੇ ਵਿੱਚੋਂ ਤਕਰੀਬਨ 3 ਕਿਲੋ 70 ਗ੍ਰਾਮ ਇਹਨਾਂ ਨੂੰ ਹੈਰੋਇਨ ਬਰਾਮਦ ਹੋਈ। ਜੋ ਉਸ ਬੰਦੇ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਮਿਜ਼ੋਰਾਮ ਦਾ ਰਹਿਣ ਵਾਲਾ ਅਤੇ ਉਸਦਾ ਨਾਮ ਇਬਰਾਹਿਮ ਲਾਲ ਰਿੰਗੈਟਾ ਹੈ। ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਭ ਤੋਂ ਵੱਡੀ ਰਿਕਵਰੀ ਹੋਏਗੀ ਹੁਣ ਤੱਕ ਜਲੰਧਰ ਰੂਰਲ ਪੁਲਿਸ ਦੀ। ਇਲਜ਼ਾਮ ਇਹ ਨੇ ਕਿ ਦਿੱਲੀ ਤੋਂ ਹੈਰੋਇਨ ਲਾ ਕੇ ਇਹ ਪੰਜਾਬ 'ਚ ਵੇਚਣ ਦਾ ਕੰਮ ਕਰ ਰਿਹਾ ਸੀ। ਜਲੰਧਰ ਦੇ ਕੰਗ ਪਿੰਡ ਆ ਕੇ ਇਸਨੇ ਅੱਗੇ ਕਿਸੇ ਹੋਰ ਵਿਅਕਤੀ ਨੂੰ ਇਹ ਹੈਰੋਇਨ ਦੇਣੀ ਸੀ, ਪਰ ਇਹ ਪੁਲਿਸ ਦੇ ਹੱਥੇ ਚੜ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਹਨੂੰ ਰਿਮਾਂਡ 'ਤੇ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਵੱਡੇ ਖੁਲਾਸੇ ਹੋਣ ਦੀ ਪੁਲਿਸ ਨੂੰ ਪੂਰੀ ਉਮੀਦ ਹੈ। ਜਲੰਧਰ ਤੋਂ ਵਿਨੋਦ ਸੱਭਰਵਾਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।